ਮੇਰਾ ਲੈ ਲੋ ਇਹਦੇ ਯਾਰ ਕਿਹੜੀ ਸ਼ਰਮ ਵਾਲੀ ਗੱਲ ਆ ਕੁਝ ਨਹੀਂ ਸੁਣ ਦੱਬੀ ਆ ਕੋਈ ਨਹੀਂ ਕਚਾ ਅੱਛਾ ਤੁਸੀਂ ਮੈਨੂੰ ਆਇਆ ਬਰੋ ਚਲੋ ਹੁਣ ਖਾ ਲਈ ਫਿਰ ਮੈਂ ਲੈਣਾ ਇਹਨੂੰ ਮੈਂ ਕਿੱਥੇ ਸੁੱਟਾਂ ਯਾਰ ਹੁਣ ਕੈਚਅਪ ਨੂੰ ਕਿੱਥੇ ਪਾਵਾਂ ਜਾਣ ਗਿਆ ਫੜੋ ਖਾਣਾ ਜਿੰਨਾ ਮਰਜ਼ੀ ਖਾ ਲਓ ਟੇਸਟ ਨਾ ਆਵੇ ਅਸਲਾਮ ਅਲੈਕੁਮ ਜੀ ਆਪ ਦੇਖ ਸਕਦੇ ਹੈ ਕਿ ਇਸ ਟਾਈਮ ਮੈਂ ਪਿੰਡੀ ਫੂਡ ਸਟ੍ਰੀਟ ਮੈਂ ਹੂੰ ਇਸ ਟਾਈਮ ਰਾਤ ਕਾ ਟਾਈਮ ਹੈ ਤੋ ਆਜ ਹਮਾਰਾ ਇਸਲਾਮਾਬਾਦ ਮੈਂ ਸਟੇ ਥਾ ਤੋ ਜਿਸ ਜਗ੍ਹਾ ਪੇ ਹਮਨੇ ਰੁਕਣਾ ਥਾ ਕਿ ਚਲੋ ਥੋੜ੍ਹਾ ਸਾ ਯਾਰ ਘੁੰਮ ਫਿਰ ਕੇ ਫਿਰ ਚਲਤੇ ਹੈ ਫਿਰ ਵਹਾਂ ਜਾ ਕੇ ਰੈਸਟ ਕਰੇਂਗੇ ਇਨਸ਼ਾ ਅੱਲਾਹ ਹਮਨੇ ਕਹਾ ਚਲੋ ਯਾਰ ਕੋ ਥੋੜ੍ਹਾ ਬਹੁਤਾ ਹਲਕਾ ਫੁਲਕਾ ਖਾਣਾ ਪੀਣਾ ਹੋ ਜਾਏ ਤਾਹਿਰ ਭਾਈ ਬੈਠੇ ਹੋਏ ਹੈ ਇਹ ਦੇਖੇ ਜੀ ਮਾਸ਼ਾਅੱਲਾ ਹਮਾਰਾ ਆਰਡਰ ਆ ਗਿਆ ਮਾਸ਼ਾਅੱਲਾ ਤਾਹਿਰ ਭਾਈ ਫਰਾਈਜ਼ ਤਨਾਵਲ ਫਰਮਾਤੇ ਹੋਏ ਕੈਚਅਪ ਕਿੱਧਰ ਹੈ ਯਾਰ ਕੈਚਅਪ ਤਾਂ ਖੋਲ ਹੀ ਨਹੀਂ ਕੀ ਉੱਚੀ ਦੁਕਾਨ ਫਿੱਕੇ ਪਕਵਾਨ ਬਾਕੀ ਅੱਛਾ ਯਾਰ ਖਾਣਾ ਜਿੰਨਾ ਮਰਜ਼ੀ ਖਾ ਲਓ ਟੇਸਟ ਨਾ ਆਵੇ ਲੱਗਦਾ ਬੰਦਾ ਜਾਏਗਾ ਇਹਦੇ ਯਾਰ ਕਿਹੜੀ ਸ਼ਰਮ ਵਾਲੀ ਗੱਲ ਕੁਝ ਨਹੀਂ ਸੁਣ ਦੱਬੀ ਆਓ ਹਮਨੇ ਕਰਵਾਈ ਸੀ ਜੀ ਡੀਲ ਤੋ 1400 ਰੁਪਏ ਕੀ ਉਹਨਾਂ ਨੇ ਡੀਲ ਦੀ ਹੈ ਇਸ ਡੀਲ ਮੈਂ ਦੋ ਜ਼ਿੰਗਰ ਬਰਗਰ ਹੈ ਫਰਾਈਜ਼ ਹੈ ਦੋ ਉਹਨਾਂ ਨੇ ਕੋਲਡ ਡਰਿੰਕ ਦੀ ਹੈ ਮਾਸ਼ਾਅੱਲਾ ਜੀ ਅਬ ਮੈਂ ਜ਼ਿੰਗਰ ਬਰਗਰ ਟੇਸਟ ਕਰਨ ਲਗਾ ਹੂੰ ਬਿਸਮਿਲ੍ਲਾਹਿ ਰਹਿਮਾਨ ਰਹੀਮ ਵਾਹ ਕਾਬੂ ਨਹੀਂ ਆਉਂਦਾ ਪਿਆ ਤੈਰ ਕਰੋ ਯਾਰ ਕੈਚਅਪ ਤਾਂ ਖੋਲੀਂਦੇ ਕੈਚਅਪ ਖੋਲੀਆਂ ਲਾਲ ਅਭੀ ਸਭ ਯਾਰ ਲਾਲ ਤਾਂ ਮੈਂ ਬਾਂਦੀ ਨਹੀਂ ਮੈਂ ਕੋਈ ਮਿਰਚ ਵਾਲੀ ਕੈਚਅਪ ਪਸੰਦ ਹੈ ਉਹ ਵੀ ਜਿਹੜੀ ਹੈ ਨਾ ਦੂਜੀ ਜਿਹੜੀ ਚਿੱਲੀ ਉਸ ਵਾਲੇ ਮੈਂ ਪਤਾ ਨਹੀਂ ਕਹਿ ਸਕਦਾ ਬਸ ਮਾਸ਼ਾਅੱਲਾ ਚੁਕਮ ਦਾ